ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਉੱਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਰਿਕਵੈਸਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸੋ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਪੰਜਾਬ ਦੇ ਵਿੱਚ ਕਦੋਂ ਸ਼ੁਰੂ ਹੋ ਸਕਦੀ ਹੈ ਬਸ ਸੇਵਾ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਕਰਫਿਊ ਹਟਾ ਦਿੱਤਾ ਗਿਆ ਹੈ ਜੀ ਜਦਕਿ ਲਾਕਡਾਊਨ ਦੀ ਮਿਆਦ 31 ਮਈ ਤੱਕ ਵਧਾ ਦਿੱਤੀ ਗਈ ਹੈ ਲਾਕਡਾਊਨ ਚਾਰ ਦੇ ਵਿੱਚ ਕੇਂਦਰ ਦੇ ਵੱਲੋਂ ਸੂਬਾ ਸਰਕਾਰ ਨੂੰ ਕੁਝ ਫੈਸਲੇ ਆਪ ਲੈਣ ਦੀ ਛੋੜ ਦਿੱਤੀ ਗਈ ਹੈ ਜਿਸ ਦੇ ਵਿੱਚ ਬੱਸਾਂ ਚਲਾਉਣ ਦੇ ਲਈ ਵੀ ਹੁਣ ਸੂਬਾ ਸਰਕਾਰ ਫੈਸਲਾ ਕਰ ਸਕਦੀ ਹੈ ਪੰਜਾਬ ਦੇ ਵਿੱਚ ਬੱਸਾਂ ਚਲਾਉਣ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਰੱਜੀਆ ਸੁਲਤਾਨਾ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੇ ਵਿੱਚ ਬੁੱਧਵਾਰ ਯਾਨੀ ਕਿ 20 ਮਈ ਤੋਂ ਬੱਸਾਂ ਚੱਲਣਗੀਆਂ ਸੋ ਇਹੇ ਸ਼ੁਰੂ ਹੋ ਸਕਦੀਆਂ ਨੇ ਟਰਾਂਸਪੋਰਟ ਮੰਤਰੀ ਦੇ ਮੁਤਾਬਕ ਸਭ ਤੋਂ ਪਹਿਲਾਂ ਸਰਕਾਰ ਕਿਹੜੀਆਂ ਬੱਸਾਂ ਦੇ ਰੂਟ ਤੇ ਚਲਾਏਗੀ ਇਸ ਤੋਂ ਟਰਾਂਸਪੋਰਟ ਵਿਭਾਗ ਦੇ ਬੱਸਾਂ ਦੇ ਕਿਰਾਏ ਦੇ ਵਿੱਚ ਵਾਧੇ ਦੇ ਵੱਲ ਵੀ ਇਸ਼ਾਰਾ ਕੀਤਾ ਹੈ ਪੰਜਾਬ ਦੇ ਵਿੱਚ 23 ਮਾਰਚ ਤੋਂ ਬੱਸ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ ਪਰ ਹੁਣ ਸਰਕਾਰ ਬੁੱਧਵਾਰ ਨੂੰ 20 ਮਈ ਤੋਂ ਸਭ ਤੋਂ ਪਹਿਲਾਂ ਸਰਕਾਰੀ ਬੱਸਾਂ ਸੂਬੇ ਦੇ ਵਿੱਚ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਬਾਰੇ ਵਿਚਾਰ ਵੀ ਕਰ ਰਹੀ ਆ ਟਰਾਂਸਪੋਰਟ ਮੰਤਰੀ ਰੱਜੀਆ ਸੁਲਤਾਨਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਬੱਸਾਂ ਚਲਾਈਆਂ ਜਾਣਗੀਆਂ ਇਸ ਤੋਂ ਇਲਾਵਾ ਬੱਸਾਂ ਦੀ ਦੂਜੇ ਸੂਬੇ ਦੇ ਵਿੱਚ ਐਂਟਰੀ ਫਿਲਹਾਲ ਬੰਦ ਰਹੇਗੀ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਟਰਾਂਸਪੋਰਟ ਵਿਭਾਗ ਬੱਸਾਂ ਦੇ ਕਿਰਾਏ ਵਧਾਉਣ ਦੇ ਹੱਕ ਦੇ ਵਿੱਚ ਹਨ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਖਾਸ ਗਾਈਡਲਾਈਨ ਵੀ ਜਾਰੀ ਹੋ ਸਕਦੀ ਹੈ ਜਿਸ ਦੇ ਵਿੱਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਐਮ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਚ ਕੋਰੋਨਾ ਦੇ ਨਾਲ ਦੋ ਹੋਰ ਮੌਤਾਂ ਮਰੀਜ਼ਾਂ ਦੀ ਕੁੱਲ ਗਿਣਤੀ 2000 ਦੇ ਕਰੀਬ ਪੁੱਜੀ ਪੰਜਾਬ ਦੇ ਵਿੱਚ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋ ਰਹੀ ਹੈ ਜੀ ਅੱਜ ਇਸ ਦੇ ਵਿੱਚ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਨਾਲ ਦੋ ਹੋਰ ਮੌਤਾਂ ਹੋ ਚੁੱਕੀਆਂ ਹਨ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਪਠਾਨਕੋਟ ਦੇ ਮਰੀਜ਼ ਦੀ ਕੋਰੋਨਾ ਦੇ ਨਾਲ ਮੌਤ ਹੋ ਗਈ ਉੱਥੇ ਹੀ ਕਪੂਰਥਲਾ ਦੇ ਪਿੰਡ ਬਾਗੜੀਆਂ ਦੇ ਰਹਿਣ ਵਾਲੇ 50 ਸਾਲਾ ਬਜ਼ੁਰਗ ਦੀ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਮੌਤ ਹੋ ਗਈ ਇਸ ਵਿਅਕਤੀ ਦੀ ਮੌਤ ਤੋਂ ਬਾਅਦ ਇਸ ਦੇ ਵਿੱਚ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ ਇਸ ਤੋਂ ਬਾਅਦ ਮੈਡੀਕਲ ਟੀਮ ਦੇ ਵੱਲੋਂ ਇਸ ਵਿਅਕਤੀ ਦਾ ਸੰਸਕਾਰ ਕੀਤਾ ਗਿਆ ਸੋ ਹੁਣ ਸੂਬੇ ਦੇ ਅੰਦਰ ਵਾਇਰਸ ਦੇ ਨਾਲ ਮੌਤਾਂ ਦਾ ਅੰਕੜਾ 36 ਹੋ ਗਿਆ ਉਸ ਤੋਂ ਬਾਅਦ ਜੀ ਪੰਜਾਬ ਦੇ ਵਿੱਚ ਲਾਕਡਾਊਨ ਚਾਰ ਦੌਰਾਨ ਛੋਟੇ ਬੱਚੇ ਅਤੇ ਬਜ਼ੁਰਗ ਬਾਹਰ ਨਹੀਂ ਨਿਕਲ ਸਕਣਗੇ ਜੀ ਕਰੋ ਪਰ ਅੱਗੇ ਵਧਣ ਤੋਂ ਪਹਿਲਾਂ ਸਭ ਤੋਂ ਤੁਹਾਨੂੰ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਲ ਰੰਗ ਵਾਲਾ ਬਟਨ ਨੱਪ ਕੇ ਤੇ ਨਾਲ ਘੰਟੀ ਵਾਲਾ ਬਟਨ ਵੀ ਨੱਪ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਹਾਲੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਲਾਲ ਰੰਗ ਦਾ ਬਟਨ ਨੱਪ ਕੇ ਕਰ ਲਓ ਪੰਜਾਬ ਸਰਕਾਰ ਨੇ ਉਹਨਾਂ ਸਾਰੀਆਂ ਗਤੀਵਿਧੀਆਂ ਦੇ ਬਾਰੇ ਆਪਣੀ ਇੱਕ ਵੱਖਰੀ ਸੂਚੀ ਐਤਵਾਰ ਦੇਰ ਸ਼ਾਮ ਨੂੰ ਜਾਰੀ ਕਰ ਦਿੱਤੀ ਹੈ ਜੀ ਜਿਹੜੀਆਂ ਲਾਕਡਾਊਨ 4 ਦੌਰਾਨ ਜਾਰੀ ਰਹਿ ਸਕਣੀਆਂ ਇਸ ਸੂਚੀ ਦੇ ਵਿੱਚ ਪਾਬੰਦੀਸ਼ੁਦਾ ਗਤੀਵਿਧੀਆਂ ਦੀ ਗੱਲ ਵੀ ਕੀਤੀ ਗਈ ਆ ਪੰਜਾਬ ਦੇ ਵਿੱਚ ਤਾਰਾ 144 ਜਾਰੀ ਰਹੇਗੀ ਜਿਸ ਦਾ ਮਤਲਬ ਇਹ ਹੈ ਕਿ ਇੱਕ ਥਾਂ ਦੇ ਉੱਤੇ ਤਿੰਨ ਜਾਂ ਚਾਰ ਵਿਅਕਤੀਆਂ ਤੋਂ ਵੱਧ ਇਕੱਠ ਨਹੀਂ ਹੋ ਸਕੇਗਾ ਸ਼ਾਮੀ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਕਰਫਿਊ ਜਾਰੀ ਰਹੇਗਾ ਜੀ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕੋਈ ਰੋਗ 환 ਜਾਂ ਗਰਭਵਤੀ ਔਰਤਾਂ ਜਾਂ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਘਰੋਂ ਬਾਹਰ ਨਿਕਲਣ ਤੇ ਪਾਬੰਦੀ ਰਹੇਗੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਲੋਕਾਂ ਨੂੰ ਕਿਵੇਂ ਮਿਲੇਗਾ ਰਾਹਤ ਪੈਕੇਜ ਦਾ ਫਾਇਦਾ ਰਾਜਨਾਥ ਸਿੰਘ ਦੇ ਘਰ ਹੋਵੇਗੀ ਜੀਓਐਮਡੀ ਬੈਠਕ ਸੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੋਰੋਨਾ ਦੇ ਨਾਲ ਜੰਗ ਦੌਰਾਨ ਦੇਸ਼ ਵਾਸੀਆਂ ਦਾ ਹੌਸਲਾ ਵਧਾ ਕੇ ਰੱਖਣ ਦੇ ਲਈ ਲਗਭਗ ਹਰ ਖੇਤਰ ਨੂੰ ਰਾਹਤ ਪਹੁੰਚਾਉਣ ਦੇ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਜੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਪੰਜ ਪੜਾਵਾਂ ਦੇ ਵਿੱਚ ਇਸ ਰਾਹਤ ਪੈਕੇਜ ਦਾ ਵੇਰਵਾ ਦਿੱਤਾ ਹੁਣ ਇਸ ਪੈਕੇਜ ਨੂੰ ਲੋਕਾਂ ਦੇ ਤੱਕ ਪਹੁੰਚਾਉਣ ਦੇ ਲਈ ਇੱਕ ਵੱਡੀ ਚੁਣੌਤੀ ਆ ਸੋ ਇਸ ਨੂੰ ਦੇਖਦੇ ਹੋਏ ਅੱਜ ਵੱਡੇ ਮੰਤਰੀਆਂ ਦੀ ਬੈਠਕ ਹੋਈ ਰੱਖਿਆ ਮੰਤਰੀ ਰਾਜ ਸਿੰਘ ਰਾਜਨਾਥ ਸਿੰਘ ਦੇ ਘਰ ਜਿਹੜੀ ਇਸ ਬੈਠਕ ਦੀ ਸਮੀਖਿਆ ਹੋਵੇਗੀ ਸੋ ਇਸ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਸਮੇਤ ਕਈ ਮੰਤਰੀ ਸ਼ਾਮਲ ਹੋਣਗੇ ਹੁਣ ਸਰੋਤਿਆਂ ਦੇ ਲਈ ਸਵਾਲ ਹੈ ਜੀ 20 ਲੱਖ ਕਰੋੜ ਰੁਪਇਆ ਜਿਹੜਾ ਆਮ ਆਦਮੀ ਦੇ ਤੱਕ ਖਾਤਿਆਂ ਦੇ ਵਿੱਚ ਜਨਤਨ ਖਾਤੀ ਜਾਂ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਦੇ ਤਹਿਤ ਪਹੁੰਚਿਆ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੁਸੀਂ ਉਹਨਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਜੇਕਰ ਸਰਕਾਰ ਦੇ ਵੱਲੋਂ ਦਿੱਤੀ ਮਾਲੀ ਸਹਾਇਤਾ ਤੁਹਾਡੇ ਤੱਕ ਪਹੁੰਚੀ ਹੈ ਜੇ ਨਹੀਂ ਪਹੁੰਚੀ ਤਾਂ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਅਗਲੀ ਖਬਰ ਆ ਰਹੀ ਹੈ ਜੀ ਕੋਰੋਨਾ ਦੇ ਨਾਲ ਸੂਬੇ ਦੇ ਵਿੱਚ ਹੋਈ 6ਵੀਂ ਮੌਤ ਪਠਾਨਕੋਟ ਵਾਸੀ ਨੇ ਗੁਰੂ ਨਾਨਕ ਦੇਵ ਜੀ ਹਸਪਤਾਲ ਦੇ ਵਿੱਚ ਲਏ ਆਖਰੀ ਸਾਹ ਸੋ ਕਰੋਨਾ ਦੇ ਕੈਰ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਜਾਰੀ ਹੈ ਤੇ ਸੂਬੇ ਦੇ ਵਿੱਚ ਵੀ ਅੱਜ 6ਵੀਂ ਮੌਤ ਹੋ ਗਈ ਹੈ ਕੇਜਰੀਵਾਲ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼ ਬਸ ਸੇਵਾ ਹੋਵੇਗੀ ਸ਼ੁਰੂ ਪਰ ਬੈਠ ਸਕਣਗੇ 20 ਯਾਤਰੀ ਸੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ ਦੇ ਸਬੰਧੀ ਚਾ ਦਿਸ਼ਾ ਨਿਰਦੇਸ਼ ਦਿੱਲੀ ਵਾਸੀਆਂ ਦੇ ਲਈ ਜਾਰੀ ਕੀਤੇ ਹਨ ਸੋ ਉਹਨਾਂ ਨੇ ਕਿਹਾ ਕਿ ਲਾਕਡਾਊਨ ਹੈ ਜਿਹੜਾ ਦਿੱਲੀ ਦੇ ਵਿੱਚ ਵੀ 31 ਮਈ ਤੱਕ ਜਾਰੀ ਰਹੇਗਾ ਪਰ ਇਸ ਦੇ ਵਿੱਚ ਕੁੱਲ ਕੁਝ ਢਿੱਲ ਦਿੱਤੀ ਜਾਵੇਗੀ ਤੇ ਕਾਰੋਬਾਰ ਨੂੰ ਹੌਲੀ-ਹੌਲੀ ਖੋਲਣ ਦੀ ਲੋੜ ਆ ਤੇ ਇਸ ਦੇ ਲਈ ਬੱਸ ਸੇਵਾਜ਼ ਵੀ ਸ਼ੁਰੂ ਕੀਤੀ ਜਾਵੇਗੀ ਤੇ 20 ਯਾਤਰੀ ਹੀ ਇੱਕ ਬੱਸ ਦੇ ਵਿੱਚ ਸਫ਼ਰ ਕਰ ਸਕਣਗੇ ਜਦਕਿ ਟੈਕਸੀ ਦੇ ਵਿੱਚ ਦੋ ਲੋਕ ਯਾਤਰਾ ਕਰ ਸਕਣਗੇ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਅੰਮ੍ਰਿਤਸਰ ਚੋ ਕਰੋਨਾ ਵਾਰਡ ਦੇ ਵਿੱਚ ਕੰਮ ਕਰਦੇ ਜੂਨੀਅਰ ਰੈਜ਼ੀਡੈਂਟ ਡਾਕਟਰ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਸੋ ਗੁਰੂ ਨਾਨਕ ਦੇਵ ਹਸਪਤਾਲ ਦੇ ਕਰੋਨਾ ਵਾਰਡ ਦੇ ਵਿੱਚ ਕੰਮ ਕਰਦੇ ਜੂਨੀਅਰ ਡਾਕਟਰ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਜੀ ਉਸ ਦੇ ਕਰੋਨਾ ਲੱਛਣ ਹੋਣ ਦੇ ਸ਼ੱਕ ਦੇ ਕਾਰਨ ਟੈਸਟ ਕੀਤਾ ਗਿਆ ਸੀ ਸੋ ਜਿਸ ਦੇ ਨਾਲ ਡਾਕਟਰਾਂ ਅਤੇ ਸਟਾਫ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਲੜਕੇ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਡਾਕਟਰ ਨੂੰ ਪਰਿਵਾਰ ਦੇ ਸਮੇਤ ਕੀਤਾ ਇਕਾਂਤਵਾਸ ਸ਼ਾਹਕੋਟ ਤੋਂ ਖਬਰ ਆ ਰਹੀ ਹੈ ਜੀ ਸਿਵਲ ਹਸਪਤਾਲ ਸ਼ਾਹਕੋਟ ਦੇ ਡਾਕਟਰ ਰਜਿੰਦਰ ਗਿੱਲ ਦੇ ਲੜਕੇ ਵੈਬਲ ਗਿੱਲ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਵੱਲੋਂ ਡਾਕਟਰ ਰਜਿੰਦਰ ਗਿੱਲ ਦੇ ਸਮੇਤ ਪਰਿਵਾਰ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਜੀ ਦੋ ਧਿਰਾਂ ਦੇ ਲੜਾਈ ਦੌਰਾਨ ਨਾ ਬਾਲਕ ਲੜਕੇ ਦੀ ਮੌਤ ਦੋ ਗੰਭੀਰ ਜ਼ਖਮੀ ਸੋ ਜਿਲ੍ਹਾ ਬਰਨਾਲਾ ਦੇ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਗਹਿਲ ਦੇ ਵਿਖੇ ਦੋ ਧਿਰਾਂ ਦੀ ਲੜਾਈ ਦੇ ਵਿੱਚ ਇੱਕ 17 ਸਾਲਾ ਨਾਬਾਲਗ ਦੀ ਮੌਤ ਅਤੇ ਦੋ ਨੌਜਵਾਨਾਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ ਜੀ ਪੁਲਿਸ ਨੇ ਇਸ ਨੂੰ ਲੈ ਕੇ ਇੱਕ ਧਿਰ ਤੇ 302 ਤੇ ਦੂਜੀ ਧਿਰ ਤੇ 307 ਦਾ ਪਰਚਾ ਦਰਜ ਕਰ ਦਿੱਤਾ ਹੈ ਅਗਲੀ ਖਬਰ ਆ ਰਹੀ ਹੈ ਜੀ ਭਾਈ ਲੋਂਗੋਵਾਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰਗਤ ਮੀਟਿੰਗ ਦੇ ਵਿੱਚ ਲਏ ਗਏ ਅਹਿਮ ਫੈਸਲੇ ਐਕਸਪ੍ਰੈਸ ਵੇ ਨੂੰ ਪਹਿਲ ਵਾਲੀ ਯੋਜਨਾ ਦੇ ਆਧਾਰ ਤੇ ਬਣਾਇਆ ਜਾਵੇਗਾ ਤੇ ਅਮਰਸਰ ਨੂੰ ਕਿਸੇ ਵੀ ਕੀਮਤ ਤੇ ਬਾਹਰ ਨਹੀਂ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਦੱਸਿਆ ਕਿ ਇਸ ਦੇ ਸਬੰਧ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੋਡ ਟਰਾਂਸਪੋਰਟ ਤੇ ਹਾਈਵੇ ਮੰਤਰੀ ਨਿਤਨ ਗੜਕਰੀ ਤੱਕ ਵੀ ਪਹੁੰਚ ਕੀਤੀ ਆ ਸੋ ਵਿੱਤੀ ਸੰਕਟ ਦੇ ਨਾਲ ਨਜਿੱਠਣ ਦੇ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਜੀ ਅਖ ਤਿਆਰੀ ਕੋਟ ਤੇ ਲੱਗੀ 1 ਸਾਲ ਦੀ ਰੋਕ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਰਾਸ਼ਨ ਦੀ ਵੰਡ ਨੂੰ ਲੈ ਕੇ ਵਿੱਤ ਕਰੇ ਖਿਲਾਫ ਰੋਸ ਮੁਜ਼ਾਹਰਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਸ਼ਾਹਕੋਟ ਦੇ ਬੇਜ਼ਮੀਨੇ ਦਲਤ ਮਜ਼ਦੂਰਾ ਤੇ ਦਿਹਾਤੀ ਮਜ਼ਦੂਰਾ ਸਭਾ ਦੀ ਅਗਵਾਈ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਵੰਡੇ ਜਾਂਦੇ ਰਾਸ਼ਨ ਦੇ ਖਿਲਾਫ ਕਾਣੀ ਮੰਡ ਦੇ ਖਿਲਾਫ ਜ਼ਬਰਦਸਤ ਰੋਸ ਮਜਾਰਾ ਕੀਤਾ ਗਿਆ ਜੀ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਗਰੀਬ ਮਰਦ ਔਰਤਾਂ ਨੇ ਦੋਸ਼ ਲਾਇਆ ਕਿ ਰਾਸ਼ਨ ਦੀ ਵੰਡ ਵੇਲੇ ਸਿਆਸੀ ਦਖਲ ਅੰਦਾਜ਼ੀ ਦਾ ਸਦਕਾ ਭਾਰੀ ਵਿਤਕਰਾ ਕੀਤਾ ਜਾਂਦਾ ਸੋ ਦੋਸਤੋ ਜੇਕਰ ਤੁਹਾਡੇ ਨਾਲ ਵੀ ਇਹ ਵਿਤਕਰਾ ਹੁੰਦਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਅਗਲੀ ਖਬਰ ਆ ਰਹੀ ਹੈ ਜੀ ਅੰਮ੍ਰਿਤਸਰ ਦੇ ਵਿੱਚ ਕਰਫਿਊ ਹਟਾਇਆ ਲਾਕਡਾਊਨ ਲਗਾਇਆ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਰਹੇਗਾ ਲਾਗੂ ਸੋ ਜ਼ਿਲ੍ਹਾ ਮੈਜਿਸਟ੍ਰੇਟ ਸਰਦਾਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਭਾਰਤ ਸਰਕਾਰ ਤੇ ਗ੍ਰਹਿ ਵਿਭਾਗ ਦੇ ਅਤੇ ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਤੇ ਅਮਲ ਕਰਦੇ ਹੋਏ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੇ ਵਿੱਚ 23 ਮਾਰਚ ਤੋਂ ਲੱਗਾ ਹੋਇਆ ਦਿਨ ਰਾਤ ਦਾ ਕਰਫਿਊ ਹਟਾਉਣ ਦਾ ਐਲਾਨ ਕੀਤਾ ਤੇ ਅਗਲੇ ਹੁਕਮਾਂ ਦੇ ਤੱਕ ਲੋਕਡਾਊਨ ਜਾਰੀ ਰਹੇਗਾ ਅਗਲੀ ਖਬਰ ਆ ਰਹੀ ਹੈ ਜੀ ਸੁਮੇਤ ਸੈਣੀ ਦੇ ਪਿੱਛੋਂ ਚਾਰ ਹੋਰ ਸਾਬਕਾ ਪੁਲਿਸ ਅਧਿਕਾਰੀਆਂ ਨੇ ਜ਼ਮਾਨਤਾਂ ਦੇ ਲਈ ਦਿੱਤੀਆਂ ਅਰਜ਼ੀਆਂ 29 ਸਾਲ ਪੁਰਾਣੇ ਬਲਵੰਤ ਸਿੰਘ ਮਲਤਾਨੀ ਦੇ ਲਾਪਤਾ ਮਾਮਲੇ ਦੇ ਵਿੱਚ ਥਾਣਾ ਮਟੌਰ ਦੇ ਵਿੱਚ ਕੇਸ ਦਰਜ ਕੇਸ ਦੇ ਵਿੱਚ ਸੁਮੇਤ ਸਿੰਘ ਸੈਣੀ ਤੋਂ ਬਾਅਦ ਹੁਣ ਕੇਸ ਦੇ ਵਿੱਚ ਨਾਮਜ਼ਦ ਚਾਰ ਸਾਬਕਾ ਪੁਲਿਸ ਅਧਿਕਾਰੀਆਂ ਨੇ ਵੀ ਪੇਸ਼ਗੀ ਜ਼ਮਾਨਤ ਲਈ ਮੁਹਾਲੀ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜੀ ਇੱਕ ਸਬ ਇੰਸਪੈਕਟਰ ਹਰਸ਼ਾਏ ਸ਼ਰਮਾ ਜਗੀਰ ਸਿੰਘ ਅਨੂਪ ਸਿੰਘ ਐਸਆਈ ਕੁਲਦੀਪ ਸਿੰਘ ਤੇ ਐਡੀਸ਼ਨਲ ਸੈਸ਼ਨ ਜੱਜ ਮੌਨਿਕਾ ਗੋਇਲ ਦੀ ਅਦਾਲਤ ਦੇ ਵਿੱਚ ਇਹਨਾਂ ਨੇ ਪਟੀਸ਼ਨਾ ਜਮਾਂਦਲੇ ਦੇ ਲਈ ਦਾਇਰ ਕੀਤੀਆਂ ਅਗਲੀ ਖਬਰ ਆ ਰਹੀ ਹੈ ਜੀ ਸਵਿਗੀ ਨੇ 1100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਲਾਕਡਾਊਨ ਦੇ ਪਹਿਲੇ ਦਿਨ ਹੀ ਲਿਆ ਗਿਆ ਫੈਸਲਾ ਸੋ ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ ਨੇ 1100 ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਅਤੇ ਲਾਕਡਾਊਨ ਦੇ ਚੌਥੇ ਪੜਾਅ ਦੇ ਪਹਿਲੇ ਦਿਨ ਕੰਪਨੀ ਨੇ ਇਹ ਸਖਤ ਫੈਸਲਾ ਲਿਆ ਤੇ ਆਪਣੇ ਕਰਮਚਾਰੀਆਂ ਨੂੰ 14% ਕੱਟ ਕਰਨ ਦੇ ਵਿੱਚ ਇੱਕ ਮੁਸ਼ਕਲ ਫੈਸਲਾ ਲਿਆ ਅਗਲੀ ਖਬਰ ਆ ਰਹੀ ਹੈ ਜੀ ਸਰਕਾਰ ਨੇ ਇਨ੍ਹਾਂ ਛੋਟੀਆਂ ਗਲਤੀਆਂ ਨੂੰ ਅਪਰਾਧ ਸ਼੍ਰੇਣੀ ਤੋਂ ਕੀਤਾ ਬਾਹਰ ਸਰਕਾਰ ਦੇ ਵੱਲੋਂ ਕੰਪਨੀਆਂ ਦੇ ਕਾਰੋਬਾਰ ਨੂੰ ਸੌਖਾ ਬਣਾਉਣ ਦੇ ਲਈ ਇੱਕ ਵੱਡਾ ਬਦਲਾ ਕੀਤਾ ਜੀ ਵਿੱਤ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਹੁਣ ਕੰਪਨੀਆਂ ਦੇ ਛੋਟੇ ਡਿਫਾਲਟ ਗੈਰ ਅਪਰਾਧਿਕ ਸ਼੍ਰੇਣੀ ਦੇ ਵਿੱਚ ਰੱਖੇ ਜਾਣਗੇ ਤੇ ਕੰਪਨੀ ਦੇ ਵਿੱਚ ਬਣੇ ਅੰਦਰੂਨੀ ਸਹਾਇਤਾ ਦੁਆਰਾ ਹੱਦ ਕੀਤੇ ਜਾਣਗੇ ਅਗਲੀ ਖਬਰ ਆ ਰਹੀ ਹੈ ਜੀ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਸਹੁਰੇ ਵਾਲਿਆਂ ਨੇ ਨੂਨੂ ਮਾਰੀ ਗੋਲੀ ਸੋ ਗੋਤਮਬੋਧ ਨਗਰ ਜ਼ਿਲ੍ਹੇ ਦੇ ਥਾਣਾ ਦਾਦਰੀ ਖੇਤਰ ਦੇ ਵਿੱਚ ਐਸ ਕਾਰਟ ਕਲੋਨੀ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਦੀ ਉਸਦੇ ਸਹੁਰੇ ਪਰਿਵਾਰ ਵਾਲਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਪੁਲਿਸ ਡਿਪਟੀ ਕਮਿਸ਼ਨਰ ਰਾਜੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਦੁਪਹਿਰ ਥਾਣਾ ਦੇ ਦਾਦਰੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਲੋਨੀ ਦੇ ਵਿੱਚ ਰਹਿਣ ਵਾਲੀ ਰਚਨਾ ਸ਼ਰਮਾ 26 ਉਸ ਦੇ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਪੂਰੀ ਨਾ ਹੋਣ ਤੇ ਗੋਲੀ ਮਾਰ ਦਿੱਤੀ ਆ ਵੱਡੀ ਖਬਰ ਆ ਰਹੀ ਆ ਜੀ ਕੇਂਦਰ ਸਰਕਾਰ ਨੇ ਦਿੱਤੀ ਇਜਾਜ਼ਤ ਹੁਣ ਹੋਵੇਗਾ ਆਈਪੀਐਲ ਸੋ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਾਧੇ ਇਨਫੈਕਸ਼ਨ ਦੇ ਕਾਰਨ ਲਾਕਡਾਊਨ ਦੇ ਕਾਰਨ 31 ਮਈ ਤੱਕ ਕਰ ਦਿੱਤਾ ਸੀ ਹਾਲਾਂਕਿ ਇਸ ਦੌਰਾਨ ਸਰਕਾਰ ਨੇ ਕੁਝ ਛੋਟਾਂ ਵੀ ਦਿੱਤੀਆਂ ਗ੍ਰਹਿ ਮੰਤਰਾਲੇ ਦੀ ਨਵੀਂ ਗਾਈਡਲਾਈਨ ਜਾਰੀ ਕਰਕੇ ਹੁਣ ਸਪੋਰਟਸ ਕੰਪਲੈਕਸ ਤੇ ਸਟੇਡੀਅਮ ਨੂੰ ਬਿਨਾਂ ਦਰਸ਼ਕਾਂ ਦੇ ਖੇਡਣ ਦੀ ਇਜਾਜ਼ਤ ਦੇ ਦਿੱਤੀ ਆ ਸੋ ਸਿਹਤ ਮੰਤਰਾਲੇ ਦੀ ਨਵੀਂ ਗਾਈਡਲਾਈਨ ਜਾਰੀ ਹੋਣ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੁਣ ਹਿੰਡਿਆ ਦੀ ਪ੍ਰੀਮੀਅਮ ਲੀਗ ਲੀਗ ਦਾ ਆਯੋਜਨ ਦਾ ਰਸਤਾ ਸਾਫ਼ ਹੋ ਗਿਆ ਹੁਣ ਬਿਨਾਂ ਦਰਸ਼ਕਾਂ ਦੇ ਦੁਨੀਆ ਦੇ ਇਸ ਸਭ ਤੋਂ ਵੱਧ ਪ੍ਰਸਿੱਧ ਟੂਰਨਾਮੈਂਟ ਦਾ ਆਯੋਜਨ ਹੋ ਸਕੇਗਾ ਹਾਲਾਂਕਿ ਜਾਣਕਾਰੀ ਮਿਲ ਰਹੀ ਹੈ ਕਿ ਉਸ ਦੇ ਮੁਤਾਬਕ ਤਾਂ ਸਪੋਰਟਰਸ ਕੰਪਲੈਕਸ ਤੇ ਸਟੇਡੀਅਮ ਨੂੰ ਲੈਵਲ ਅਭਿਆਸ ਦੇ ਲਈ ਹੀ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ ਸੋ so, RBI ਨੇ 3 ਮਹੀਨਿਆਂ ਦੀ ਵਾਧਾ ਸਕਦੀ ਆ ਲੋਨ ਰੀਪੇਮੈਂਟ ਦੇ ਵਿੱਚ ਛੋਟਸੋ ਰਿਪੋਰਟ ਆ ਰਹੀ ਆ ਜੀ ਲਾਕਡਾਊਨ ਦੇ ਕਾਰਨ ਜਿਹੜੀ RBI ਦੇ ਵੱਲੋਂ ਜਾਨਕੀ ਰਿਵਰਸ ਬੈਂਕ ਦੇ ਵੱਲੋਂ ਹੁਣ ਲੋਨ ਰੀਪੇਰਮੈਂਟ ਮੈਮੋਟਰੀਅਮ ਨੂੰ 3 ਮਹੀਨੇ ਦੇ ਲਈ ਵਾਧਾ ਸਕਦਾ ਜੀ ਇਹ ਗੱਲ SBI ਦੀ ਰਿਸਰਚ ਰਿਪੋਰਟ ਦੇ ਵਿੱਚ ਕਹੀ ਗਈ ਆ ਤੇ ਐਤਵਾਰ ਨੂੰ ਨੈਸ਼ਨਲ ਆਫਤ ਪ੍ਰਬੰਧਨ ਅਥਾਰਟੀ ਨੇ 31 ਮਈ ਤੱਕ ਲਾਕਡਾਊਨ ਦੇ ਚੌਥੇ ਪੜਾਅ ਦੇ ਵਿੱਚ ਲਾਗੂ ਹੌਣ ਦੇ ਵਿਦੇਸ਼ ਦੇ ਵਿੱਚ ਵਾਧੇ ਹੋਣ ਦੇ ਕਾਰਨ ਮੱਦੇ ਨਜ਼ਰ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਵਾਰ 25 ਮਾਰਚ ਤੋਂ ਲਾਕਡਾਊਨ ਐਲਾਨ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ 3 ਮਈ ਤੋਂ ਅਤੇ 17 ਮਈ ਤੱਕ ਤੇ ਹੁਣ 31 ਮਈ ਤੱਕ ਜਿਹੜਾ ਲਾਕਡਾਊਨ ਵਧਾ ਦਿੱਤਾ ਗਿਆ ਜਿਸ ਦੇ ਕਾਰਨ ਆਰਬੀਆਈ ਨੇ ਸਾਰੇ ਕਿਸਮ ਦੇ ਟਰਮ ਲੋਨ ਤੇ ਛੋਟ ਦੇ ਦਿੱਤੀ ਹੈ ਜੀ ਆਰਬੀਆਈ ਨੇ 1 ਮਾਰਚ 2020 ਤੋਂ 31 ਮਈ 2020 ਤੱਕ ਇਸ ਲੋਨ ਨੂੰ ਰੀਪੇਮੈਂਟ ਨੂੰ ਲਾਗੂ ਕੀਤਾ ਤੇ SBI ਦੀ ਖੋਜ ਦੇ ਵਿੱਚ ਕਿਹਾ ਗਿਆ ਕਿ ਹੁਣ ਲਾਕਡਾਊਨ 31 ਮਈ ਤੱਕ ਵਧਾ ਦਿੱਤਾ ਗਿਆ ਉਹ ਉਮੀਦ ਕਰਦੇ ਹਨ ਕਿ RBI ਕਰਜ਼ੇ ਦੀ ਮਾਫੀ ਦੀ ਮਿਆਦ ਨੂੰ ਤਿੰਨ ਹੋਰ ਮਹੀਨਿਆਂ ਦੇ ਲਈ ਵਧਾਏਗੀ ਤੇ ਰਿਪੋਰਟ ਦੇ ਵਿੱਚ ਕਿਹਾ ਗਿਆ ਜੇ RBI ਇਹ ਫੈਸਲਾ ਲੈਂਦਾ ਹੈ ਤਾਂ ਇਸ ਦਾ ਅਰਥ ਇਹ ਹੋਵੇਗਾ ਕਿ 31 ਅਗਸਤ 2020 ਤੱਕ ਕੰਪਨੀਆਂ ਨੂੰ ਮੁੜ ਆਦਾਇਗੀ ਕਰਨ ਦੀ ਛੋਟ ਮਿਲ ਸਕਦੀ ਹੈ ਹਾਲਾਂਕਿ ਇਸ ਦਾ ਅਰਥ ਇਹ ਵੀ ਹੈ ਕਿ ਕੰਪਨੀਆਂ ਦੇ ਸਤੰਬਰ ਦੇ ਵਿੱਚ ਉਹਨਾਂ ਦੀਆਂ ਵਿਆਜ ਦਰਾਂ ਨੂੰ ਪੂਰਾ ਕਰਨ ਦੀ ਸੰਭਾਵਨਾ ਨਾਂ ਦੇ ਬਰਾਬਰ ਅਤੇ ਵਿਆਜ ਦੀ ਦੇਣਦਾਰੀ ਜਮ੍ਹਾਂ ਨਾ ਹੋਣ ਦਾ ਅਰਥ ਇਹ ਵੀ ਹੋਵੇਗਾ ਕਿ ਖਾਤਿਆਂ ਨੂੰ ਗੈਰ ਪ੍ਰਦਰਸ਼ਨ ਕਰਜ਼ੇ ਦੇ ਵਜੋਂ ਸ਼੍ਰੇਣੀਬੰਦ ਕੀਤਾ ਗਿਆ ਆਰਬੀਆਈ ਦੇ ਨਿਯਮਾਂ ਦੇ ਤਹਿਤ ਅਜੇ ਹੀ ਵਿਵਸਥਾ ਹੈ ਹਜੇ ਇਹ ਦੇ ਵਿੱਚ ਆਰਬੀਆਈ ਦੇ ਲਈ ਬੈਂਕਾਂ ਨੂੰ ਆਪਰੇਸ਼ਨਲ ਫਲੈਕਸੀਬਿਲਟੀ ਦੇਣਾ ਜ਼ਰੂਰੀ ਹੈ ਤਾਂ ਜੋ ਮੌਜੂਦਾ ਕਰਜ਼ਿਆਂ ਨੂੰ ਅਰੇ ਸਟਰਕਚਰ ਕੀਤਾ ਜਾ ਸਕਕੇ ਤੇ ਨਾਲ ਹੀ 90 ਦਿਨਾਂ ਦੇ ਨਿਯਮਾਂ ਨੂੰ RBI ਦੇ ਦੁਆਰਾ ਨਵੇਂ ਸਿਰਿਓਂ ਵਿਚਾਰਾ ਜਾਣਾ ਚਾਹੀਦਾ ਤੇ RBI ਦਾ 7 ਜੂਨ ਦਾ ਸਰਕੂਲਰ ਬਹੁਤ ਸਖਤ ਹੈ ਤੇ ਬੈਂਕਾਂ ਦੇ ਲਈ ਕੋਈ ਢਿੱਲ ਨਹੀਂ ਆ। ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ। ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ। ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੇਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ।